लाटरी 1.5 करोड़ रुपये की लाटरी निकली है सर। ਕਿੰਨੀ ਕੁ ਖੁਸ਼ੀ ਹੋ ਰਹੀ ਹੈ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ, ਪਰਮਾਤਮਾ ਦਾ ਧੰਨਵਾਦ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਧੰਨਵਾਦ। ਕਦੋਂ ਤੁਸੀਂ ਪਾਈ ਹੈਗੀ ਸੀ ਔਰ ਕਿਵੇਂ ਪਤਾ ਲੱਗਾ ਤੁਹਾਨੂੰ? ਸਰ ਦੀਵਾਲੀ 'ਤੇ ਚਾਨਚੱਕ ਮੇਰਾ ਦੋਸਤ ਅਤੇ ਮੈਂ ਦੋਨੇ ਗਏ ਹਾਂ ਚਾਨਚੱਕ ਨੇਮਾ ਵਾਲੇ ਚੌਂਕ ਤੱਕ ਦੀਵਾਲੀ 'ਤੇ ਕਰਕੇ, ਅਤੇ ਮੇਰਾ ਦੋਸਤ ਜਸਵਿੰਦਰ ਸਿੰਘ ਜੋ DC ਦਫ਼ਤਰੀ ਜੋਬ ਕਰਦਾ ਮੇਰੇ ਨਾਲ, ਉਹਨੇ ਕਿਹਾ ਚੱਲ ਆਪਾਂ ਲਾਟਰੀ ਪਾ ਕੇ ਵੇਖ ਲਈਏ ਜੇ ਕਿਸਮਤ ਸਾਥ ਦੇ ਦੇਵੇ, ਅਤੇ ਮੈਂ ਹਾਂ ਚਲੋ ਜੀ ਅਸੀਂ ਪਾ ਕੇ ਆਏ ਹਾਂ। ਕੱਲ੍ਹ ਸ਼ਾਮੀ ਚਾਨਚੱਕ ਹੜਤਾਲਾਂ ਚੱਲਦੀਆਂ ਪਈਆਂ ਸੀ DC ਦਫ਼ਤਰੀਆਂ, ਚਾਨਚੱਕ ਨੇਮਾ ਵਾਲੇ ਚੌਂਕ ਤੱਕ ਸੁਬਹਿ ਕੇ ਗਿਆ, ਮੈਨੂੰ ਕੋਈ ਚਿੱਤ ਖਿਆਲ ਨਹੀਂ ਵੀ ਮੇਰੀ ਲਾਟਰੀ ਨਿਕਲੀ ਆ। ਫਿਰ ਪਤਾ ਕਿਵੇਂ ਲੱਗਾ ਫਿਰ ਤੁਹਾਨੂੰ? ਸਰ ਦਿਮਾਗ 'ਚ ਨਹੀਂ ਸੀ, ਚਾਨਚੱਕ ਹੀ ਪਤਾ ਕੀਤਾ ਗਿਆ, ਅਤੇ ਪਤਾ ਖੁਸ਼ੀ ਹੋਈ ਆ ਵੀ ਮੇਰੀ ਲਾਟਰੀ ਨਿਕਲੀ ਜਦੋਂ ਉਹਨਾਂ ਮੈਨੂੰ ਦੱਸਿਆ। ਤਾਂ ਹੁਣ ਜਦੋਂ ਤੁਹਾਨੂੰ ਪੈਸੇ ਮਿਲਣਗੇ ਕੀ ਕਰੋਗੇ, ਕੀ ਸੋਚਿਆ ਹੋਇਆ? ਚੰਗੇ ਥਾਂ 'ਤੇ ਹੀ ਪੈਸੇ ਲਾਵਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ, ਅਤੇ ਚੰਗੀ ਘਰ ਦੇ ਕੇਰੀਅਰ ਵਾਸਤੇ ਬੱਚਿਆਂ ਵਾਸਤੇ। ਦੋ ਬੇਟੇ ਨੇ, ਇੱਕ 12 ਸਾਲ ਦਾ, ਇੱਕ 13 ਸਾਲ ਦਾ। ਕਿੰਨਾ ਸੰਘਰਸ਼ ਕੀਤਾ ਹੈਗਾ ਜ਼ਿੰਦਗੀ ਦੇ ਵਿੱਚ? ਬਹੁਤ ਸਰ, ਬਹੁਤ ਸੰਘਰਸ਼ ਕੀਤਾ ਇਸ ਕੰਮ ਵਾਸਤੇ। ਬਹੁਤ ਖੁਸ਼ੀ ਹੈ। ਹਾਂਜੀ ਬਹੁਤ ਸਰ, ਤੁਹਾਨੂੰ ਲੋਕਾਂ ਦੇ ਵਧਾਈਆਂ ਦੇ ਫੋਨ ਵੀ ਆ ਰਹੇ ਹੋਣਗੇ ਬਹੁਤ ਸਰ ਮੇਰੇ। ਹਾਂਜੀ ਹਾਂਜੀ, DC ਦਫ਼ਤਰ ਫਿਰੋਜ਼ਪੁਰ ਦਾ ਬਹੁਤ ਫੋਨ ਆ ਰਿਹਾ ਸਰ, ਮੁਲਾਜ਼ਮਾਂ ਦੇ ਅਤੇ ਹੋਰ ਪਰਿਵਾਰ ਦੇ ਅਤੇ ਪਿੰਡ ਵਾਸੀਆਂ ਦੇ, ਬਹੁਤ ਭੈਣ ਭਰਾਵਾਂ ਦੇ ਬਹੁਤ ਫੋਨ ਆਏ। ਲਾਟਰੀ 1.5 ਕਰੋੜ ਰੁਪਈਏ ਦੀ ਲਾਟਰੀ ਨਿਕਲੀ ਹੈ ਸਰ। ਕਿੰਨੀ ਕੁ ਖੁਸ਼ੀ ਹੋ ਰਹੀ ਹੈ ਮਤਲਬ? ਬਹੁਤ ਖੁਸ਼ੀ ਹੋ ਰਹੀ ਹੈ, ਪਰਮਾਤਮਾ ਦਾ ਧੰਨਵਾਦ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਧੰਨਵਾਦ। ਕਦੋਂ ਤੁਸੀਂ ਪਾਈ ਹੈਗੀ ਸੀ ਔਰ ਕਿਵੇਂ ਪਤਾ ਲੱਗਾ ਤੁਹਾਨੂੰ? ਸਰ ਦੀਵਾਲੀ 'ਤੇ ਚਾਨਚੱਕ ਮੇਰਾ ਦੋਸਤ ਅਤੇ ਮੈਂ ਦੋਨੇ ਗਏ ਹਾਂ ਚਾਨਚੱਕ ਨੇਮਾ ਵਾਲੇ ਚੌਂਕ ਤੱਕ ਦੀਵਾਲੀ 'ਤੇ ਕਰਕੇ, ਅਤੇ ਮੇਰਾ ਦੋਸਤ ਜਸਵਿੰਦਰ ਸਿੰਘ ਜੋ DC ਦਫ਼ਤਰੀ ਜੋਬ ਕਰਦਾ ਮੇਰੇ ਨਾਲ, ਉਹਨੇ ਕਿਹਾ ਚੱਲ ਆਪਾਂ ਲਾਟਰੀ ਪਾ ਕੇ ਵੇਖ ਲਈਏ ਜੇ ਕਿਸਮਤ ਸਾਥ ਦੇ ਦੇਵੇ, ਅਤੇ ਮੈਂ ਹਾਂ ਚਲੋ ਜੀ ਅਸੀਂ ਪਾ ਕੇ ਆਏ ਹਾਂ। ਕੱਲ੍ਹ ਸ਼ਾਮੀ ਚਾਨਚੱਕ ਹੜਤਾਲਾਂ ਚੱਲਦੀਆਂ ਪਈਆਂ ਸੀ DC ਦਫ਼ਤਰੀਆਂ, ਚਾਨਚੱਕ ਨੇਮਾ ਵਾਲੇ ਚੌਂਕ ਤੱਕ ਸੁਬਹਿ ਕੇ ਗਿਆ, ਮੈਨੂੰ ਕੋਈ ਚਿੱਤ ਖਿਆਲ ਨਹੀਂ ਵੀ ਮੇਰੀ ਲਾਟਰੀ ਨਿਕਲੀ ਆ। ਫਿਰ ਪਤਾ ਕਿਵੇਂ ਲੱਗਾ ਫਿਰ ਤੁਹਾਨੂੰ? ਸਰ ਦਿਮਾਗ 'ਚ ਨਹੀਂ ਸੀ, ਚਾਨਚੱਕ ਹੀ ਪਤਾ ਕੀਤਾ ਗਿਆ, ਅਤੇ ਪਤਾ ਖੁਸ਼ੀ ਹੋਈ ਆ ਵੀ ਮੇਰੀ ਲਾਟਰੀ ਨਿਕਲੀ ਜਦੋਂ ਉਹਨਾਂ ਮੈਨੂੰ ਦੱਸਿਆ। ਤਾਂ ਹੁਣ ਜਦੋਂ ਤੁਹਾਨੂੰ ਪੈਸੇ ਮਿਲਣਗੇ ਕੀ ਕਰੋਗੇ, ਕੀ ਸੋਚਿਆ ਹੋਇਆ? ਚੰਗੇ ਥਾਂ 'ਤੇ ਹੀ ਪੈਸੇ ਲਾਵਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ, ਅਤੇ ਚੰਗੀ ਘਰ ਦੇ ਕੇਰੀਅਰ ਵਾਸਤੇ ਬੱਚਿਆਂ ਵਾਸਤੇ। ਦੋ ਬੇਟੇ ਨੇ, ਇੱਕ 12 ਸਾਲ ਦਾ, ਇੱਕ 13 ਸਾਲ ਦਾ। ਕਿੰਨਾ ਸੰਘਰਸ਼ ਕੀਤਾ ਹੈਗਾ ਜ਼ਿੰਦਗੀ ਦੇ ਵਿੱਚ? ਬਹੁਤ ਸਰ, ਬਹੁਤ ਸੰਘਰਸ਼ ਕੀਤਾ ਇਸ ਕੰਮ ਵਾਸਤੇ। ਤਾਂ ਬਹੁਤ ਖੁਸ਼ੀ ਹੈ। ਹਾਂਜੀ ਬਹੁਤ ਸਰ, ਤੁਹਾਨੂੰ ਲੋਕਾਂ ਦੇ ਵਧਾਈਆਂ ਦੇ ਫੋਨ ਵੀ ਆ ਰਹੇ ਹੋਣਗੇ ਬਹੁਤ ਸਰ ਮੇਰੇ। ਹਾਂਜੀ ਹਾਂਜੀ, DC ਦਫ਼ਤਰ ਫਿਰੋਜ਼ਪੁਰ ਦਾ ਬਹੁਤ ਫੋਨ ਆ ਰਿਹਾ ਸਰ, ਮੁਲਾਜ਼ਮਾਂ ਦੇ ਅਤੇ ਹੋਰ ਪਰਿਵਾਰ ਦੇ ਅਤੇ ਪਿੰਡ ਵਾਸੀਆਂ ਦੇ, ਬਹੁਤ ਭੈਣ ਭਰਾਵਾਂ ਦੇ ਬਹੁਤ ਫੋਨ ਆਏ।